हेलो एवरीवन वेलकम टू श्रे शॉर्टकट हियर स्टडी बिकम्स इजी तप पहुंच चुके हैं जी डिपार्टमेंट ऑफ स्कूल एजुकेशन मतलब एसएससी दी ऑफिशियल वेबसाइट पे थे एसएससी दी ऑफिशियल वेबसाइट पे ਤੁਸੀਂ ਦੇਖ ਸਕਦੇ ਹੋ ਦਿੱਲੀ ਸਰਕੂਲਰ ਦੇ ਵਿੱਚ 3 ਨੰਬਰ ਤੇ ਜੋ ਹੈ ਰਿਗਾਰਡਿੰਗ ਰਿਜ਼ਰਵੇਸ਼ਨ ਆਫ ਪੋਸਟਸ ਆਫ ਊਮਨ ਇੱਕ ਨਵਾਂ ਨੋਟਿਸ ਜਿਹੜਾ ਇੱਥੇ ਜਾਰੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੈਂ ਜ਼ੂਮ ਕਰ ਦਿੰਨੀ ਆ ਰਿਗਾਰਡਿੰਗ ਰਿਜ਼ਰਵੇਸ਼ਨ ਆਫ ਪੋਸਟ ਫੋਰ ਵੂਮੈਨ ਅਤੇ ਇੱਥੇ ਆਪਾਂ ਦੇਖਾਂਗੇ ਵੂਮੈਨ ਦੇ ਰਿਜ਼ਰਵੇਸ਼ਨ ਦੇ ਰਿਗਾਰਡਿੰਗ ਜਿਹੜਾ ਨਵਾਂ ਨੋਟਿਸ ਆਇਆ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਇੱਥੇ ਹੀ ਰੋਸਟਰ ਜਿਹੜਾ ਜਾਰੀ ਕੀਤਾ ਗਿਆ ਪੋਸਟ ਦੇ ਰਿਲੇਟਿਡ ਬਹੁਤ ਸਾਰੀਆਂ ਪੋਸਟ ਜਿਹੜੀਆਂ ਭਰੀਆਂ ਜਾ ਰਹੀਆਂ ਨੇ ਆਪਾਂ ਨੂੰ ਪਤਾ ਤੇਈ ਸੌ ਚੌਂਹਠ ਈ ਟੀ ਟੀ ਦੀਆਂ ਪੋਸਟ ਵੀ ਫਿੱਲ ਹੋ ਰਹੀਆਂ ਨੇ ਅਤੇ ਤਿੰਨ ਸੌ ਚਾਰ ਦੀਆਂ ਮਾਸਟਰ ਗੇਟ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਵੀ ਫਿੱਲ ਹੋਣਗੀਆਂ ਅਤੇ ਇੱਥੇ ਗਰੁੱਪ ਏ ਬੀ ਸੀ ਡੀ ਦੇ ਲਈ ਜਿਹੜਾ ਰੋਸਟਰ ਜਿਹੜਾ ਇੱਥੇ ਜਾਰੀ ਕੀਤਾ ਗਿਆ ਤੇ ਰੋਸਟਰ ਜਿਹੜਾ ਤੁਹਾਨੂੰ ਰੋਸਟਰ ਕੀ ਹੁੰਦਾ ਉਹ ਪੂਰਾ ਸਾਰਾ ਡਿਟੇਲ ਦੇ ਵਿੱਚ ਸਮਝਾਂਗੇ ਇੱਥੇ ਤੇ ਕਿਵੇਂ ਇਹਦੇ ਵਿੱਚ ਰੋਸਟਰ ਜਿਹੜਾ ਜਾਰੀ ਕੀਤਾ ਗਿਆ ਤੇ ਰਿਜ਼ਰਵੇਸ਼ਨ ਬਾਰੇ ਇਥੇ ਕੀ ਗੱਲ ਕੀਤੀ ਗਈ ਆ ਉਹ ਸਾਰਾ ਆਪਾਂ ਇਸ ਡਿਟੇਲ ਦੇ ਵਿੱਚ ਲੈਟਰ ਦੇ ਵਿੱਚ ਦੇਖੋਗੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਨਾਰਮਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮਸ ਅਨ ਮਿਲ ਜਾਏਗੀ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਚੋਂ ਮਿਲ ਜਾਏਗਾ ਤਾਂ ਦੇਖ ਇਥੇ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਲੈਟਰ ਜਿਹੜਾ ਓਪਨ ਹੋ ਚੁੱਕਿਆ ਆਪਾਂ ਦੇਖ ਸਕਦੇ ਹਾਂ ਡਾਇਰੈਕਟਿਡ ਸਿੱਖਿਆ ਵਿਭਾਗ ਵੱਲੋਂ ਇਹ ਜਿਹੜਾ ਲੈਟਰ ਜਿਹੜਾ ਜਾਰੀ ਕੀਤਾ ਗਿਆ ਸੇਵਾ ਵਿਖੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਤੇ ਸਮੂਹ ਸਕੂਲ ਮੁਖੀ ਪੰਜਾਬ ਨੂੰ ਇਹ ਜਿਹੜਾ ਲੈਟਰ ਹੈ ਜਾਰੀ ਕੀਤਾ ਗਿਆ ਹਵਾਲਾ ਕਿਸ ਚੀਜ਼ ਦਾ ਹੈ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਸਮਾਜਿਕ ਸੁਰੱਖਿਆ ਸ਼ਾਖਾ ਪੱਤਰ ਨੰਬਰ ਇੰਨਾ ਤੇ ਮਿਤੀ ਨੰਬਰ ਇੰਨਾ ਤਾਂ ਇਦਾਂ ਕਰਕੇ ਜਿਹੜਾ ਇਹ ਇੱਕ ਲੈਟਰ ਜਿਹੜਾ ਜਾਰੀ ਕੀਤਾ ਗਿਆ ਆਪਾਂ ਤੁਹਾਨੂੰ ਦਿਖਾਣੇ ਲੈਟਰ ਕੀ ਕਿਦਾਂ ਇਹ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਸਾਰਾ ਲੈਟਰ ਇਸ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਕਿਹੜੇ-ਕਿਹੜੇ ਵਿਭਾਗ ਨੂੰ ਇਹ ਲੈਟਰ ਜਿਹੜਾ ਹੈਗਾ ਜਾਰੀ ਕੀਤਾ ਗਿਆ ਇਸ ਦੀ ਜਿਹੜੀ ਹਦਾਇਤਾਂ ਨਿਯਾਇਜ਼ ਵਿੱਚ ਜੋ ਰੂਲਸ ਹੈਗੇ ਆ ਉਹ ਮੈਂ ਤੁਹਾਨੂੰ ਨੀਚੇ ਦਿਖਾਨੀਆਂ ਤੇ ਇਸ ਤਰ੍ਹਾਂ ਹੀ ਸਾਰਾ ਜੋ ਹੈ ਲੈਟਰ ਹੈ ਰੂਲਸ ਹੈ ਤੇ ਰੂਲਸ ਨੂੰ ਅਗਰ ਤੁਸੀਂ ਇੱਕ ਵਾਰ ਦੇਖ ਲਓ ਤਾਂ ਕਿਹੜਾ ਹੈ ਤੁਸੀਂ ਆਪਾਂ ਰੂਲਸ ਨੂੰ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੀ ਆ ði rules may be called the Punjab Civil Services Reservation of Post for Women First Amendment Rules 2020 सेकेंड इतने दिता है दे शेल कमिंग टू फोर्स ऑन विद ऑन एंड विद इफेक्ट फ्रॉम द डेट ऑफ देर पब्लिकेशन इन द ऑफिशियल गजट मतलब इतने लिखा गया कि रिजर्वेशन ऑफ पोस्ट फॉर वूमेन जी अपलाई होएगा तो उस दिन तो अपलाई होएगा ऑफिशियल गज़ट में आ गया सी इतने सैकेंड पॉइंट दिता है दाज सिविल सर्विसिज रिजर्वेशन ऑफ पोस्ट फॉर वूमेन रूल्स टू थाउजेंड ट्वेंटी इन रूल नंबर फोर फॉर सब रूल वन द फोलिंग शैल बी सब्सटीट्यूटेड नेमली ਨੋਟਵਿਥਸਟੈਂਡਿੰਗ ਐਨੀਥਿੰਗ ਕੰਟੇਨਡ ਇਨ ਸਰਵਿਸਿਸ ਰੂਲਸ ਦੇਅਰ ਸ਼ੈਲ ਬੀ ਥਰਟੀ ਥ੍ਰੀ ਪਰਸੈਂਟ ਰਿਜ਼ਰਵੇਸ਼ਨ ਦੇਖ ਸਕਦੇ ਹੋ ਥਰਟੀ ਥ੍ਰੀ ਪਰਸੈਂਟ ਰਿਜ਼ਰਵੇਸ਼ਨ ਐਜ ਪਰ ਅਨੈਕਜਰ ਏ ਇਨ ਫੇਵਰ ਆਫ ਵੂਮੈਨ ਇਨ ਆਲ ਦਾ ਪੋਸਟ ਆਫ ਗਰੁੱਪ ਏ ਬੀ ਸੀ ਅਤੇ ਡੀ ਸਰਵਿਸਿਜ਼ ਤਾਂ ਜਿੰਨੇ ਵੀ ਗਰੁੱਪ ਦੀਆਂ ਪੋ ਪੋਸਟ ਹੋਣਗੀਆਂ ਚਾਹੇ ਏ ਬੀ ਸੀ ਡੀ ਸਰਵਿਸਿਜ਼ ਜਿਹੜੇ ਪੋਸਟ ਹੁੰਦੀਆਂ ਨੇ ਉਹਨਾਂ ਸਾਰਿਆਂ ਦੇ ਵਿੱਚ ਵੂਮੈਨ ਦੇ ਜਿਹੜੀ ਰਿਜ਼ਰਵੇਸ਼ਨ ਹੈ ਥਰਟੀ ਥ੍ਰੀ ਪਰਸੈਂਟ ਉਹ ਕੀਤੀ ਜਾਵੇਗੀ ਕਿਸ ਅਕੋਰਡਿੰਗ ਕੀਤੀ ਜਾਵੇਗੀ ਨੀਚੇ ਕਨੈਕਜਰ ਦਿੱਤਾ ਉਹਨੂੰ ਡਿਟੇਲ 'ਚ ਆਪਾਂ ਸਟੱਡੀ ਕਰਦੇ ਹਾਂ ਉਸਦੇ ਅਕੋਰਡਿੰਗ ਹੋਏਗਾ ਅੰਡਰ ਆਲ ਦਾ ਅਸਟੈਬਲਿਸ਼ਮੈਂਟ ਐਟ ਦਾ ਸਟੇਜ ਆਫ ਡਾਇਰੈਕਟ ਰਿਕਰੂਟਮੈਂਟ ਐਂਡ ਦਿਸ ਰਿਜ਼ਰਵੇਸ਼ਨ ਸ਼ੈਲ ਬੀ ਹੋਰੀਜ਼ੋਨਟਲ ਐਂਡ ਕੰਪਾਰਟਮੈਂਟਲਾਈਜ਼ਡ ਤਾਂ ਦੇਖਦੇ ਹਾਂ ਹੁਣ ਉਹ ਰੂਲਸ ਕੀ ਹੈ ਇਹ ਆ ਦੇਖੋ ਤੁਸੀਂ ਹਾਂਜੀ ਤਾਂ ਇਹ ਹੈ ਪੰਜਾਬ ਗਵਰਨਮੈਂਟ ਦਾ ਜਾਰੀ ਕੀਤਾ ਗਿਆ ਅਨੈਕਚਰ ਏ ਇਸ ਰੂਲ ਨੰਬਰ 4 ਇਸ ਦੇ ਵਿੱਚ ਆਪਾਂ ਸਾਰੇ ਦੇਖਾਂਗੇ ਕਿ ਕਿਸ ਤਰ੍ਹਾਂ ਜਿਹੜੀ ਹੈ ਉਹ ਰਿਜ਼ਰਵੇਸ਼ਨ ਰੱਖੀ ਜਾਏਗੀ ਤੇ ਨਾਲ ਹੀ ਤੁਸੀਂ ਇੱਥੇ ਦੇਖ ਸਕਦੇ ਹੋ ਰੋਸਟਰ ਪੁਆਇੰਟ ਜਿਹੜੀ ਗੱਲ ਕੀਤੀ ਗਈ ਹੈ ਮੈਂ ਤੁਹਾਨੂੰ ਰੋਸਟਰ ਪੁਆਇੰਟ ਵੀ ਸਮਝਾਵਾਂਗੀ ਕਿ ਕੀ ਹੁੰਦਾ ਔਰ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇੱਥੇ ਦੱਸਿਆ ਜਾਏਗਾ ਪਰ ਆਪਾਂ ਪਹਿਲਾਂ ਜਿਹੜੀ ਰਿਜ਼ਰਵੇਸ਼ਨ ਦੀ ਗੱਲ ਕਰ ਲਈਏ ਉਹਦੀ ਫਰਸਟ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਸ਼ਡਿਊਲਡ ਕਾਸਟ ਸ਼ਡਿਊਲਡ ਕਾਸਟ ਦੀ ਗੱਲ ਕੀਤੀ ਗਈ ਹੈ 33% ਆਫ 25% ਕਿਉਂਕਿ ਸ਼ੈਡਿਊਲ ਪੂਰੇ ਟੋਟਲ ਪੋਸਟ ਜਿੰਨੀਆਂ ਵੀ ਜੜੀਆਂ ਉਹ ਨਿਕਲਦੇ ਨੇ ਉਹਦੇ ਵਿੱਚੋਂ 25% ਜਿਹੜਾ ਉਹ ਐਸਸੀ ਕੋਟਾ ਰੱਖਿਆ ਜਾਂਦਾ ਤਾਂ ਉਹਦੇ ਵਿੱਚੋਂ 25% ਅਗਰੇਸੀ ਕੋਟਾ ਰੱਖਿਆ ਜਾਂਦਾ ਤਾਂ ਉਹਦੇ ਵਿੱਚੋਂ 33% ਆਫ 25% ਹੋਏਗਾ ਲਾਈਕ ਟੋਟਲ ਪੋਸਟ ਦਾ 25% ਐਸਸੀ ਨੂੰ ਮਿਲੇਗਾ ਤਾਂ ਜਿੰਨਾ ਐਸਸੀ ਨੂੰ ਮਿਲੇ 25% ਉਹਦਾ 33% ਜਿਹੜਾ ਗਰਲਸ ਨੂੰ ਮਿਲੇਗਾ ਤਾਂ ਇਹਦਾ ਅਗਰ ਆਪਾਂ 25% ਦਾ ਟੋਟਲ ਦਾ Uh, 33% ਕਰਦੇ ਤਾਂ 8.25% ਜਿਹੜਾ ਇੱਥੇ ਆਉਂਦਾ ਤੇ 0.525 ਨੂੰ ਇਗਨੋਰ ਕਰਕੇ ਜਿਹੜੇ ਟੋਟਲ ਪੋਸਟਾਂ ਗਰਲਸ ਨੂੰ ਦਿੱਤੀਆਂ ਜਾਣਗੀਆਂ ਉਹ ਹੋਣਗੀਆਂ 8 ਤਾਂ ਤੁਸੀਂ ਦੇਖ ਸਕਦੇ ਹੋ ਗਰਲਸ ਨੂੰ ਜਿਹੜੀ ਰਿਜ਼ਰਵੇਸ਼ਨ ਰੱਖੀ ਗਈ ਹੈ ਉਹ 8 ਪੋਸਟਾਂ ਦੀ ਇੱਥੇ ਰੱਖੀ ਗਈ ਹੈ ਟੋਟਲ ਪੋਸਟਾਂ ਦਾ 25% ਐਸਸੀ ਕੋਟਾ ਦਾ ਬਣੇਗਾ ਤੇ ਜਿੰਨਾ ਉਹਨਾਂ ਨੂੰ ਮਿਲਿਆ ਉਹਦਾ 33% ਜਿਹੜਾ ਹੈ ਉਹ ਗਰਲਸ ਲਈ ਰਿਜ਼ਰਵ ਰਹੇਗਾ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦੂਸਰਾ ਪੁਆਇੰਟ ਜਿਹੜਾ ਉਹ BC ਦਾ BC ਦੇ ਵਿੱਚ ਜਿੰਨਾ ਵੀ ਟੋਟਲ ਹੋਏਗਾ ਉਹਦਾ 12% ਜਿਹੜਾ ਉਹ BC ਕੈਟਾਗਰੀ ਲਈ ਰੱਖਿਆ ਜਾਂਦਾ ਤੇ 12 ਦਾ 33% ਜਿਹੜਾ ਹੈਗਾ ਉਹ ਗਰਲਸ ਲਈ ਰੱਖਿਆ ਜਾਏਗਾ ਜਿੱਥੇ 4% ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜਾ ਗਰਲਸ ਨੂੰ ਇੱਥੇ ਮਿਲੇਗਾ ਉਸੋ so, 4% ਦੀ ਉਹ ਨਾਲ ਦੀ ਰਿਜ਼ਰਵੇਸ਼ਨ ਰਹੇਗੀ ਉਸ ਤੋਂ ਬਾਅਦ 3rd ਇਥੇ ਆ ਜਾਂਦਾ ਐਕਸ ਸਰਵਿਸਮੈਨ ਐਕਸ ਸਰਵਿਸਮੈਨ ਦਾ ਤੁਸੀਂ ਦੇਖ ਸਕਦੇ ਟੋਟਲ 13% ਉਹਨਾਂ ਦਾ ਕੋਟਾ ਹੁੰਦਾ ਤੇ 13 ਦੇ ਵਿੱਚੋਂ 33% ਜਿਹੜਾ ਹੈਗਾ ਜਿੰਨਾ ਟੋਟਲ ਹੋਏਗਾ ਉਹ ਤਾਂ 13% ਤੇ ਜਿੰਨਾ 13 ਉਹ ਆ ਗਿਆ ਤਾਂ ਉਹਦਾ ਅੱਗੇ 33% ਜਿਹੜਾ ਹੈ ਉਹ ਗਰਲਸ ਨੂੰ ਰਿਜ਼ਰਵ ਉਹਨਾਂ ਲਈ ਰੱਖਿਆ ਜਾਏਗਾ ਤੇ 4 ਇੱਥੇ ਜਿਹੜਾ ਪੂਰੀ ਕੈਲਕੂਲੇਸ਼ਨ ਤੋਂ ਬਾਅਦ ਆਉਂਦਾ 4% ਗਰਲਸ ਲਈ ਰਿਜ਼ਰਵ ਰਹੇਗਾ ਐਕਸ ਸਰਵਿਸਮੈਨ ਦੇ ਵਿੱਚ ਇਸੇ ਤਰ੍ਹਾਂ 4th ਪੁਆਇੰਟ ਆ ਜਾਂਦਾ ਆਪਣੇ ਪਾਸ ਸਪੋਰਟਸ ਪਰਸਨ ਦਾ ਤਾਂ ਸਪੋਰਟਸ ਪਰਸਨ ਦਾ ਟੋਟਲ ਜੋ ਕੋਟ कोटा ਜਿਹੜਾ ਗਲਤੀ ਲਈ ਰਿਜ਼ਰਵ ਰਹੇਗਾ ਜਿੱਥੇ 1% ਜਿਹੜਾ ਹੈਗਾ ਉਹ ਗਰਲਸ ਲਈ ਬੰਦ ਹੈ ਉਸ ਤੋਂ ਬਾਅਦ 5th ਪੁਆਇੰਟ ਆ ਜਾਂਦਾ ਆਪਣਾ ਫ੍ਰੀडम फाइਟਰ ਫ੍ਰੀडम फाइਟਰ 1% ਗਰਲਸ ਲਈ ਰਿਜ਼ਰਵ ਬੰਦ ਉਸ ਤੋਂ ਬਾਅਦ ਫਿਜ਼ੀਕਲ ਹੈਂਡੀਕੈਪ 4% ਜਿਹੜਾ ਹੈਗਾ ਇਹਨਾਂ ਦਾ ਇੱਥੇ ਬੰਦ ਹੈ as per the instructions dated on 3 december 2019 at local reference of department of social security women and child development to 4% physical handicap de vich ohna da quota banda hai is tarah blind and low vision de vich 1% deaf and hard hearing de vich 1% locomotor disability de vich 1% and intellectual disability de vich vi 1% inna da jada eh quota hunda hai 7th. ਇਕਨੋਮਿਕਲੀ ਵੀਕਰ ਸੈਕਸ਼ਨ ਦਾ ਆ ਜਾਂਦਾ ਜਿਹਦੇ ਵਿੱਚ ਟੋਟਲ ਚ ਇਹਨਾਂ ਦਾ 10% ਕੋਟਾ ਹੁੰਦਾ ਤੇ 10% ਦਾ 33% ਅੱਗੇ ਜਿਹੜਾ ਰਿਜ਼ਰਵ ਰਹੇਗਾ ਤਾਂ ਊਮਨਸ ਲਈ 3% ਦਾ ਇੱਥੇ ਨਿਕਲ ਕੇ ਆਉਂਦਾ। ਇਸੇ ਤਰ੍ਹਾਂ 8 ਨੰਬਰ ਆਪਣਾ ਜਨਰਲ ਕੈਟਾਗਰੀ ਦਾ ਆ ਜਾਂਦਾ ਹੈ। ਜਨਰਲ ਕੈਟਾਗਰੀ ਦਾ ਟੋਟਲ ਦੇ ਵਿੱਚ 32% ਹੁੰਦਾ ਤੇ 32 ਦਾ ਅਗਰ ਆਪਾਂ 33% ਕਰੀਏ ਤਾਂ ਟੋਟਲ ਦੇ ਵਿੱਚ ਇਹਨਾਂ ਲਈ 11 ਜਿਹੜਾ ਨਿਕਲ ਕੇ ਆਉਂਦਾ ਉਹ ਜਿਹੜਾ ਰਿਜ਼ਰਵ ਰਹੇਗਾ ਗਰਲਸ ਲਈ। ਤਾਂ ਇਹ ਜਿਹੜੀ 33% ਦੀ ਰਿਜ਼ਰਵੇਸ਼ਨ ਹਰ ਕੈਟਾਗਰੀ ਦੇ ਵਿੱਚ ਕਿਸ ਤਰ੍ਹਾਂ ਹੋਏਗੀ ਤੇ ਉਹ ਤਾਂ ਆਪਾਂ ਸਮਝ ਲਈ ਹੈ ਕਿ 33% ਹਰ ਕੈਟਾਗਰੀ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਰਹੇਗੀ ਔਰ ਕਿਸ ਤਰ੍ਹਾਂ ਰਹੇਗੀ ਕਿ ਟੋਟਲ ਦੇ ਵਿੱਚੋਂ ਉਸ ਕੈਟਾਗਰੀ ਨੂੰ ਜਿੰਨਾ ਜਿੰਨਾ ਵੀ ਪਰਸੈਂਟ ਮਿਲਦਾ ਹੈ ਤਾਂ ਉਸ ਪਰਸੈਂਟ ਦਾ ਅਗੇ 33% ਕੀਤਾ ਜਾਏਗਾ ਤੇ ਉਨਾਂ ਫਿਰ ਜਿਹੜਾ ਗਲਤਲੀ ਰਿਜ਼ਰਵ ਰੱਖਿਆ ਜਾਏਗਾ ਇਹ ਲੱਜੁੰਦੀ ਹੈ ਰੋਸਟਰ ਪੁਆਇੰਟਸ ਦੀ ਆਪਾਂ ਗੱਲ ਕਰਦੇ ਹਾਂ ਰੋਸਟਰ ਪੁਆਇੰਟਸ ਬਾਰੇ ਰੋਸਟਰ ਪੁਆਇੰਟਸ ਕੀ ਹੁੰਦੇ ਆ ਤੇ ਇਹ ਰੋਸਟਰ ਪੁਆਇੰਟ 33% ਰਿਜ਼ਰਵੇਸ਼ਨ ਦੇਖੋ ਰੋਸਟਰ ਪੁਆਇੰਟ ਕੀ ਹੁੰਦੇ ਆ ਰੋਸਟਰ ਪੁਆਇੰਟ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਸਟੇਸ਼ਨ ਅਲੋਟਮੈਂਟ ਹੁੰਦੀ ਹੈ ਜਾਂ ਇਨਕੇ ਸਟੇਸ਼ਨ ਦਿੱਤੇ ਜਾਂਦੇ ਆ ਤਾਂ ਸਟੇਸ਼ਨ ਮੈਰਿਟ ਲਿਸਟ ਦੇ ਅਕੋਰਡਿੰਗ ਨਹੀਂ ਦਿੱਤੇ ਜਾਂਦੇ ਸਟੇਸ਼ਨ ਰੋਸਟਰ ਪੁਆਇੰਟ ਦੇ ਅਕੋਰਡਿੰਗ ਦਿੱਤੇ ਜਾਂਦੇ ਆ ਪਹਿਲੇ 100 ਰੋਸਟਰ ਪੁਆਇੰਟ ਤਿਆਰ ਕੀਤੇ ਜਾਂਦੇ ਆ ਪਹਿਲੇ 100 ਪੋਸਟਾਂ ਤਿਆਰ ਕੀਤੀਆਂ ਜਾਂਦੀਆਂ ਨੇ ਕਿ ਪਹਿਲੀ ਪੋਸਟ ਤੇ ਯਾਨੀ ਕਿ ਪਹਿਲੇ ਨੰਬਰ ਤੇ ਕਹ ਲੋ ਕਿਹੜਾ ਜਿਹੜਾ ਕੈਟਾਗਰੀ ਦਾ ਹੈਗਾ ਉਹ ਜੋ ਸਟੇਸ਼ਨ ਜਿਹੜਾ ਲੈਂਡ ਲਈ ਜਾਏਗਾ ਤਾਂ ਇਹ ਹੁੰਦਾ ਰੋਸਟਰ ਪੁਆਇੰਟਸ ਕਿ ਪਹਿਲੇ ਨੰਬਰ ਤੇ ਕੌਣ ਜਾਏਗਾ ਦੂਸਰੇ ਨੰਬਰ ਤੇ ਕੌਣ ਜਾਏਗਾ ਕੈਟਾਗਰੀ ਵਾਈਜ਼ ਰਿਜ਼ਰਵੇਸ਼ਨ ਅਕੋਰਡਿੰਗ ਉਹ ਸਾਰੇ ਰੋਸਟਰ ਪੁਆਇੰਟ ਪਹਿਲੇ ਸੂਚ ਦਾ ਤਿਆਰ ਕੀਤੇ ਜਾਂਦੇ ਆ ਤਾਂ ਇਹ ਨਹੀਂ ਕਿ ਮੈਰਿਟ ਦੇ ਵਿੱਚ 10ਵੇਂ ਨੰਬਰ ਤੇ ਆਉਣ ਵਾਲਾ 10ਵੇਂ ਨੰਬਰ ਤੇ ਜਾ ਕੇ ਆਪਣਾ ਸਟੇਸ਼ਨ ਲਏਗਾ ਇਦਾਂ ਨਹੀਂ ਹੁੰਦਾ ਰਿਜ਼ਰਵੇਸ਼ਨ ਜਿਹੜੀ ਰੱਖੀ ਹੁੰਦੀ ਹੈ ਕੈਟਾਗਰੀ ਵਾਈਜ਼ ਤੇ ਹੁਣ 33% ਜਿਹੜੀ ਹੈ ਔਮਨਸ ਵੀ ਰਿਜ਼ਰਵੇਸ਼ਨ ਰੱਖੀ ਹੈ ਇਸ ਕਰਕੇ ਰੋਸਟਰ ਪੁਆਇੰਟ ਜਿਹੜੀਆਂ ਸਰਕਾਰ ਨੇ ਇਸ ਵਾਰ ਅਮੈਂਡਮੈਂਟ ਕੀਤੀਆਂ ਉਹਨਾਂ ਦੇ ਵਿੱਚ ਤੇ ਨਵੇਂ ਰ ਲੈਕ ਜਿਵੇਂ ਆਪਾਂ ਇੱਥੇ ਪੜਿਆ ਐਸਸੀ ਦੀਆਂ ਅੱਠ ਜਿਹੜੇ ਹੈਗੇ ਪੋਸਟਰ ਰੱਖੀ ਗਏ ਨੇ ਵੂਮਨਸ ਵਾਸਤੇ ਤਾਂ ਪਹਿਲੇ 100 ਦੇ ਵਿੱਚੋਂ ਅੱਠ ਪੋਸਟਾਂ ਜਿਹੜੀਆਂ ਅੱਠ ਨੰਬਰ ਜਿਹੜੇ ਹੈਗੇ ਉਹ ਇਦਾਂ ਦੇ ਜਿਹੜੇ ਹੋਣਗੇ ਜਿਹੜੇ ਵੂਮਨਸ ਲਈ ਰਿਜ਼ਰਵ ਰੱਖੇ ਜਾਣਗੇ ਕਿ ਉਹਨਾਂ ਪੁਆਇੰਟਸ ਤੇ ਉਹਨਾਂ ਨੰਬਰ ਤੇ ਜਾ ਕੇ ਵੂਮਨ ਐਸਸੀ ਵੂਮਨ ਜਿਹੜੀ ਹੈਗੀ ਆ ਉਹ ਜਾ ਕੇ ਆਪਣਾ ਸਟੇਸ਼ਨ ਜਿਹੜਾ ਲੈ ਕੇ ਤਾਂ ਆਪਾਂ ਹੁਣ ਦੇਖਦੇ ਆ ਕਿ ਕਿਹੜੇ ਪੁਆਇੰਂਟਸ ਇਦਾਂ ਦੇ ਹੈਗੇ ਜਿੱਥੇ ਜਾ ਕੇ ਐਸਸੀ ਜਾਂ ਬੀਸੀ ਜਾਂ ਜਿਹੜੀ ਵੀ ਕੈਟਾਗਰੀਜ਼ ਦੇ ਹੈਗੇ ਵੂਮਨਸ ਲਈ ਜਿਹੜੇ ਉਹ ਪੁਆਇੰਟਸ ਆ ਰੋਸਟਰ ਪੁਆਇੰ ਅਗਰ ਤੁਹਾਨੂੰ ਡਿਟੇਲ ਵੀਡੀਓ ਚਾਹੀਦੀ ਹੈ ਕਿ ਪਹਿਲੇ ਤੋਂ ਲੈ ਕੇ 100 ਤੱਕ ਦੇ ਮਤਲਬ ਇਹ ਜਿਹੜੀ ਰੋਸਟਰ ਪੁਆਇੰਟ ਇਸ ਲੈਟਰ ਦੇ ਵਿੱਚ ਦਿੱਤੇ ਹੋਏ ਨੇ ਸਿਰਫ ਔਮਨ ਕੈਟੇਗਰੀਜ਼ ਲਈ ਜਿਹੜੇ ਰਿਜ਼ਰਵਡ ਪੁਆਇੰਟਸ ਆ ਉਹ ਦਿੱਤੇ ਹੋਏ ਆ ਅਗਰ ਡਿਟੇਲ ਚਾਹੀਦੀ ਹੈ ਲਾਈਕ ਇਸ ਤੋਂ ਇਲਾਵਾ ਜਿਹੜੇ ਦੂਜੇ ਪੁਆਇੰਟ ਆ ਉੱਥੇ ਕਿਹੜੇ-ਕਿਹੜੇ ਕੈਟੇਗਰੀਜ਼ ਦੇ ਪੁਆਇੰਟਸ ਹੈਗੇ ਨੇ ਕਿਸ ਤਰ੍ਹਾਂ ਪਹਿਲੇ ਤੋਂ 100 ਜਿਹੜੀਆਂ ਪ੍ਰੋਜੈਸਟਰ ਪੁਆਇੰਟਸ ਬਣਾਏ ਗਏ ਨੇ ਅਗਰ ਤੁਹਾਨੂੰ ਉਹ ਡਿਟੇਲ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਆਪਾਂ ਤੁਹਾਨੂੰ ਉਹਦੀ ਵੀਡੀਓ ਦਿੱਤੇ ਜਾਣਗੇ ਜਿੱਥੇ ਸਿਰਫ ਐਸਸੀ ਊਮਨ ਜਿਹੜੀ ਹੈਗੀ ਉਹਦੇ ਲਈ ਰਿਜ਼ਰਵ ਰਹਿਣਗੇ ਲਾਈਕ ਪਹਿਲਾ ਜਿਹੜਾ ਹੈਗਾ ਪਹਿਲੇ ਨੰਬਰ ਤੇ ਕੌਣ ਜਿਹੜੀ ਹੈ ਰੈਂਕ ਸਟੇਸ਼ਨ ਚੁਆਇਸ ਕਰਨ ਜਾਏਗੀ ਐਸਸੀ ਊਮਨ ਜਿਹੜੀ ਹੈਗੀ ਹੈ ਉਹ ਉਹਨੂੰ ਦਿੱਤਾ ਜਾਏਗਾ ਐਸਸੀ ਊਮਨ ਦੀ ਜਿਹੜੀ ਕੈਂਡੀਡੇਟ ਹੋਏਗੀ ਉਹ ਪਹਿਲੇ ਨੰਬਰ ਤੇ ਆਪਣਾ ਸਟੇਸ਼ਨ ਚੁਆਇਸ ਜੜੀਆ ਕਰਨ ਜਾਏਗੀ ਇਸੇ ਤਰ੍ਹਾਂ 13ਵਾਂ ਨੰਬਰ ਜਿਹੜਾ ਹੈਗਾ ਉਹ ਐਸਸੀ ਊਮਨ ਲਈ ਰਿਜ਼ਰਵ ਰਹੇਗਾ 13ਵੇਂ ਨੰਬਰ ਤੇ ਐਸਸੀ ਊਮਨ ਹੀ ਜਿਹੜੀ ਆ ਜਾਏਗੀ ਆਪਣਾ ਸਟੇਸ਼ਨ ਚੁਆਇਸ ਕਰਨ ਲਈ ਇਸ ਤਰ੍ਹਾਂ 25ਵਾਂ ਨੰਬਰ 37ਵਾਂ ਨੰਬਰ 49 61ਵਾਂ 77ਵਾਂ ਤੇ 85ਵਾਂ ਜਿਹੜਾ ਨੰਬਰ ਹੈਗਾ ਉਹ ਐਸੀ ਫੂਮੇਨਲੀ ਰਿਜ਼ਰਵ ਰਹੇਗਾ ਇਹਦਾ ਮਤਲਬ ਇਹ ਹੈ ਕਿ ਜਿਹੜੇ ਜਿਹੜੇ ਪੁਆਇੰਟਸ ਵੂਮਨਸ ਲਈ ਰਿਜ਼ਰਵ ਰੱਖੇ ਗਏ ਹਨ ਉਹਨਾਂ ਪੁਆਇੰਟਸ ਤੇ ਉਹਨਾਂ ਨੰਬਰ ਤੇ ਕਿ ਵੂਮਨ ਕੈਂਡੀਡੇਟ ਹੀ ਜਾਏਗੀ ਆਪਣਾ ਜਿਹੜਾ ਸਟੇਸ਼ਨ ਚੁਆਇਸ ਕਰਨ ਬਾਕੀ ਜਿਹੜੇ ਇਸ ਤੋਂ ਇਲਾਵਾ ਜਿਹੜੇ ਪੁਆਇੰਟਸ ਰਹਿ ਗਏ ਆ ਉਹਨਾਂ ਪੁਆਇੰਟਸ ਤੇ ਇਹ ਨਹੀਂ ਹੈ ਕਿ ਅਗਰ ਕੱਲਾ ਕਿਤੇ ਐਸਸੀ ਲਿਖਿਆ ਹੋਇਆ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਸਿਰਫ ਮੇਲ ਜਾਏਗਾ ਮੇਲ ਲਈ ਰਿਜ਼ਰਵੇਸ਼ਨ ਨਹੀਂ ਹੈ ਉੱਥੇ ਮੇਲ ਵੀ ਜਾ ਸਕਦਾ ਹੈ ਫੀਮੇਲ ਵੀ ਜਾ ਸਕਦੀ ਹੈ ਅਕੋਰਡਿੰਗ ਟੂ ਮੈਰਿਟ ਲਿਸਟ ਨੈਕਸਟ ਨੰਬਰ ਜਿਹੜੇ ਕੈਂਡੀਡੇਟ ਦਾ ਬਣੇਗਾ ਉਹ ਜਾਏਗਾ ਲੇਕਿਨ ਜਿਹੜੇ ਪੁਆਇੰਟਸ ਵੂਮਨ ਲਈ ਰਿਜ਼ਰਵ ਕਰ ਦਿੱਤੇ ਗਏ ਆ ਉੱਥੇ ਸਿਰਫ ਵੂਮਨ ਹੀ ਜਾਏਗੀ ਆਪਣਾ ਸਟੇਸ਼ਨ ਚੁਆਇਸ ਕਰਨ ਲਈ ਤਾਂ ਜਿਹੜੇ ਪੁਆਇੰਟਸ ਪਹਿਲੇ ਨੰਬਰ ਤੇ ਦਿੱਤੇ ਹੋਏ ਆ ਪਹਿਲਾ ਨੰਬਰ 13ਵਾਂ ਨੰਬਰ 25ਵਾਂ ਨੰਬਰ ਇਹ ਐਸਸੀ ਊਮਨ ਲਈ ਰਿਜ਼ਰਵ ਕਰ ਦਿੱਤੇ ਗਏ ਆ 5ਵੇਂ ਨੰਬਰ ਤੇ ਸਟੇਸ਼ਨ ਚੁਆਇਸ ਕਰਨ ਲਈ ਐਸਸੀ ਊਮਨ ਹੀ ਜਾਏਗੀ ਇਸੇ ਤਰ੍ਹਾਂ 37ਵੇਂ ਨੰਬਰ ਤੇ 85 ਤੱਕ ਇਹ ਅੱਠ ਜਿਹੜੀਆਂ ਸੀਟਾਂ ਐਸਸੀ ਊਮਨ ਲਈ ਦੇ ਦਿੱਤੀਆਂ ਗਈਆਂ ਨੇ ਇਸੀ ਤਰ੍ਹਾਂ ਆਪਾਂ ਸੈਕੰਡ ਜਿਹੜੀ ਐ ਬੈਕਵਰਡ ਕਲਾਸ ਦੀ ਗੱਲ ਕਰੀਏ ਤਾਂ ਬੈਕਵਰਡ ਕਲਾਸ ਦੇ ਵਿੱਚ ਚਾਰ ਜਿਹੜੇ ਪਹਿਲੇ ਸੋਧ ਵਿੱਚੋਂ ਚਾਰ ਜੜੀਆਂ ਹੈਗੇ ਨੇ ਸੀਟਾਂ ਉਹ ਆਪਾਂ ਕਹਿ ਲਈਏ BC ਲਈ BC ਊਮਨ ਲਈ ਜੜੀਆਂ ਨੇ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ ਨੇ ਯਾਨੀ ਕਿ 8ਵੇਂ ਨੰਬਰ ਤੇ BC ਊਮਨ ਦੀ ਕੈਂਡੀਡੇਟ ਹੀ ਜਾਏਗੀ ਆਪਣੀ ਸਟੇਸ਼ਨ ਚੁਆਇਸ ਕਰਨ ਲਈ ਬਿਆਲੀ ਮੇ ਨੰਬਰ ਤੇ BC ਊਮਨ ਹੀ ਜਾਏਗੀ ਇਸੇ ਤਰ੍ਹਾਂ 64th ਨੰਬਰ ਤੇ ਵੀ BC ਊਮਨ ਲਈ ਰਿਜ਼ਰਵ ਕਰ ਦਿੱਤਾ ਗਿਆ ਤੇ 88th ਨੰਬਰ ਵੀ BC ਊਮਨ ਲਈ ਰਿਜ਼ਰਵ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਰੋਸਟਰ ਪੁਆਇੰਟ ਜਿੱਥੇ ਵੀ BC ਹੋਰ ਕੈਂਡੀਡੇਟ ਆਣਗੇ ਤਾਂ ਉੱਥੇ ਜ਼ਰੂਰੀ ਨਹੀਂ ਹੈ जाए जिसका भी कैंडीडेट का नैक्ट नंबर ज बनता होएगा हो लेकिन अठवं नंबर बयालीवे नंबर यह बीसी वूमैन कैंडेट लिए रिजर्व कर दिए गए हैं इतने अठवें नंबर से स्टेशन चॉइस करूमैन ही जाएगी इसी तरह बयालीवे नंबर से स्टेष चॉइस करीसी वूमैन ही जाएगी इसी तरह थर्ड नंबर से अगर आप एक्स सर्विसमैन की गल कर लीए तो सैवंथ नंबर जो ट्वेंटी एट नंबर सिक्सटी एथ नंबर सिक्सटी सैवंथ नंबर जैसे एक्स सर्विस मैन वूमेन जो है वो रिजर्व कर दिया गया कि सैवं नंबर पर एक्स सर्विस मैन वाली जी वूमेन है उ ही अपना जो स्टेन अलॉट कर जाएगी इस तरह स्पोर्ट्स परसनली ट्वेंटी थर्ड नंबर जोड़ा है स्पोर्ट्स परसन वूमेन रिजर्व कर दिया गया फ्रीडम फाइटर सिक्सट थ्री नंबर जो रिजर्व किया गया लेकिन वूमैन ले नहीं मतलब पहला वूमेन होएगा फिर मेल बायरोटेशन लिखा हुआ है इतने बायरोटेन का मतलब यह हूं कि पेला वूमैन नैक्सट टाइम फिर मेल दैन वूमेन दैन मेल इदा करके जोड़ा है ਬਾਈ ਰੋਟੇਸ਼ਨ ਜਿਹੜੀ ਇੱਥੇ ਉਹਨਾਂ ਦੀ ਸਟੇਸ਼ਨ ਚੁਆਇਸ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ 63rd ਪੁਆਇੰਟ ਜਿਹੜਾ ਹੈਗਾ ਉਹ ਫ੍ਰੀडम फाइਟਰ ਲਈ ਰਿਜ਼ਰਵ ਕੀਤਾ ਗਿਆ ਵੂਮਨਸ ਲਈ फिजिकल हैड्डैप की गल कर लिए तो इलैवंथ पॉइंट जोड़ा है फोर्टीएथ पॉइंट सैवटी फस्ट पॉइंट एंड नाइनटीथ जोड़े हैं ये है ये है, है। मतलब जो है वो दिते गए पर बाय रोटेशन जोड़ा है वो दिते गए मतलब इलै इलैवथ नंबर पर जो है वूमैन जाएगी फिजिकल हैंडीकैप वूमेन जाएगी उस नैक्सट नंबर आंदा तो उत्त कि फिजिकल हैंडीकैप का नंबर आता है तो फिर उ मेल जाएगा फिर वूमेन जाएगी फिर मेल जाएगा इसी तरह अगर फोरटथ नंबर आता है वो रिजर्व रहेगा वूमेन उस तो बाद अगर कोई नंबर आता है फिजिकल हैंडीकैप का कोई बाकी सौ कितने होर फिजिकल हैडीकैप का पॉइंट दता जाता तो उ ਫਿਰ ਮੇਲ ਜਾਏਗਾ ਫਿਰ ਊਮਨ ਜਾਏਗੀ ਫਿਰ ਮੇਲ ਜਾਏਗਾ ਇਸ ਤਰ੍ਹਾਂ 70th 1 ਨੰਬਰ ਜੜਾਈ 71ਵਾਂ ਨੰਬਰ ਹੈ ਉਹ ਵੀ ਊਮਨ ਲਈ ਰਿਜ਼ਰਵ ਕਰ ਦਿੱਤਾ ਗਿਆ ਤੇ 90th ਨੰਬਰ ਵੀ ਊਮਨ ਲਈ ਰਿਜ਼ਰਵ ਕਰ ਦਿੱਤਾ ਗਿਆ ਲੇਕਿਨ 71 ਤੋਂ ਬਾਅਦ ਅਗਰ ਕੋਈ ਨੰਬਰ ਆਂਦਾ ਹੈ ਤਾਂ ਫਿਰ ਉੱਥੇ ਮੇਲ ਜਾਏਗਾ ਔਰ 90th ਤੋਂ ਬਾਅਦ ਅਗਰ ਕੋਈ ਨੰਬਰ ਆਂਦਾ ਹੈ ਤਾਂ ਫਿਰ ਉੱਥੇ ਮੇਲ ਜਾਏਗਾ ਫਿਰ ਕੋਈ ਨੰਬਰ ਆਂਦਾ ਤਾਂ ਊਮਨ ਫਿਰ ਕੋਈ ਆਏਗਾ ਤਾਂ ਮਿਲ ਇਹਦਾ ਮੇਲ ਊਮਨ ਦੇ ਬਾਈ ਰੋਟੇਸ਼ਨ ਜਿਹੜਾ ਇਹ ਚੱਲਦਾ ਹੈ ਇਹ ਸਾਰੇ ਨੰਬਰ ਜਿਹੜੇ ਹੈਗੇ ਇਹ ਊਮਨ ਲਈ ਰਿਜ਼ਰਵ ਕਰ ਦਿੱਤੇ ਗਏ ਆ ਉਸ ਤੋਂ ਬਾਅਦ ਆਪਾਂ 7th ਇਕਨ ਸਟੇਸ਼ਨ ਚੁਆਇਸ ਲਈ ਜਿਹਨੂੰ ਬੁਲਾਇਆ ਜਾਏਗਾ ਤਾਂ ایਡਬਲਯੂਐਸ ਦੀ ਊਮਨ ਲਈ ਰਿਜ਼ਰਵ ਕਰ ਦਿੱਤਾ ਗਿਆ ਹੈ ਯਾਨੀ ਕਿ 8ਵੇਂ ਨੰਬਰ ਤੇ ایਡਬਲਯੂਐਸ ਊਮਨ ਹੀ ਜਾਏਗੀ ਆਪਣਾ ਸਟੇਸ਼ਨ ਚੁਆਇਸ ਕਰਨ ਲਈ ਫਿਰ 39ਵਾਂ ਨੰਬਰ ਜਿਹੜਾ ਉਹਨਾਂ ਲਈ ਰਿਜ਼ਰਵ ਕੀਤਾ ਗਿਆ ਤੇ 99ਵਾਂ ਨੰਬਰ ਜਿਹੜਾ ਉਹ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਊਮਨ ਲਈ ਰਿਜ਼ਰਵ ਕੀਤਾ ਗਿਆ ਇਸ ਤੋਂ ਬਾਅਦ ਜਨਰਲ ਕੈਟਾਗਰੀ ਦੀ ਗੱਲ ਕਰੀਏ ਤਾਂ ਸੈਕਿੰਡ ਨੰਬਰ ਤੋਂ ਲੈ ਕੇ 12ਵਾਂ 22ਵਾਂ 31ਵਾਂ ਤੋਂ ਦੋ ਤੋਂ ਲੈ ਕੇ ਨਾਸਟ ਤੁਸੀਂ ਦੇ ਸਕਦੇ ਹੋ 92 ਨੰਬਰ ਤੱਕ ਜਿਹੜੇ ਇਹ ਹੀ ਹੈਗੇ ਆਂ ਇਹ ਸਾਰੇ ਨੰਬਰ ਜਿਹੜੇ ਹੈਗੇ ਆ 19ਵੇਂ ਨੰਬਰ ਤੇ ਜਨਰਲ ਕੈਟਾਗਰੀ ਦੀ ਊਮਨ ਲਈ ਰਿਜ਼ਰਵ ਕਰ ਦਿੱਤੇ ਗਏ ਹਨ ਕਿੰਨਾ ਨੰਬਰ ਤੇ ਜਿਹੜੀ ਹੈ ਜਨਰਲ ਕੈਟਾਗਰੀ ਦੀ ਊਮਨ ਜਿਹੜੀ ਹੈ ਸਟੇਸ਼ਨ ਅਲੋਟਮੈਂਟ ਲਈ ਜਾਏਗੀ ਇਸ ਤੋਂ ਇਲਾਵਾ ਕਿਤੇ ਹੋਰ ਜਿਹੜਾ ਜਨਰਲ ਪੁਆਇੰਟ ਰੱਖਿਆ ਜਾਂਦਾ ਹੈ ਯਾਨੀ ਕਿ ਇਸ ਹੋਰ ਨੰਬਰ ਤੇ ਜਨਰਲ ਨੂੰ ਮੌਕਾ ਦਿੱਤਾ ਜਾਂਦਾ ਹੈ ਸਟੇਸ਼ਨ ਚੁਆਇਸ ਦੀ ਤਾਂ ਉੱਥੇ ਮੇਲ ਵੀ ਜਾ ਸਕਦਾ ਹੈ ਫੀਮੇਲ ਵੀ ਜਾ ਸਕਦੀ ਹੈ ਲੇਕਿਨ ਇਹ ਜਿਹੜੇ ਨੰਬਰ ਨੇ 2 12th 22 31 36 47 55 66 76 83 92 ਇਨ੍ਹਾਂ ਤੇ ਜਨਰਲ ਕੈਟਾਗਰੀ ਦੀ ਊਮਨ ਜਿਹੜੀ ਹੈ ਉਹ ਹੀ ਜਾ 33% ریزਰਵੇਸ਼ਨ ਲਈ 33 ਪੋਸਟ ਹੈ ਜਿਹੜੇ ਪਹਿਲੇ 100 ਦੇ ਵਿੱਚੋਂ ਇਹ 33 ਪੁਆਇੰਟਸ ਕਹ ਲੋ ਜਾਂ 33 ਨੰਬਰ ਗੈਲੋ ਕਿਨਾਂ ਤੇ ਊਮੈਨਸ ਲਈ ریزਰਵ ਕਰ ਦਿੱਤਾ ਗਿਆ ਕਿਨਾਂ ਤੇ ਊਮੈਨਸ ਹੀ ਜਾਣਗੀਆਂ ਆਪਣਾ ਸਟੇਸ਼ਨ ਚੁਆਇਸ ਕਰਨ ਲਈ ਇਸ ਤੋਂ ਇਲਾਵਾ ਬਾਕੀ ਜਿਹੜੇ ਹੋਣਗੇ ਪੁਆਇੰਟਸ ਉਹਨਾਂ ਤੇ ਊਮੈਨ ਔਰ ਮੇਲ ਦੋਨੋਂ ਜਾ ਸਕਦੇ ਤੇ ਇਸ ਜੀ ਇਨਫੋਰਮੇਸ਼ਨ ਆਈ ਹੋਪਸ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਵੇਗੀ ਪਲੀਸਿਸ ਨੂੰ ਲਾਈਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਨੂੰ ਰੋਸਟਰ ਪੁਆਇੰਟ ਔਰ ਰਿਜ਼ਰਵੇਸ਼ਨ ਤੇ ਸਟੇਸ਼ਨਲ ਰੋਟਿੰਗ ਕਿਸ ਤਰ੍ਹਾਂ ਹੋਏਗੀ ਉਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਹੋਵੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਮਿਲ ਜਾਏਗੀ ਤੇ ਨਾਲ ਹੀ ਤੁਸੀਂ ਮੈਨੂੰ ਫੇਸਬੁੱਕ ਤੋਂ ਵੀ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਥੈਂਕ ਯੂ